सत श्री अकाल जी सारे दोस्तों, की हाल चाल ने। अज मैं तुहाडे नाल अपनी लाइफ दियां कुछ ऐसियां यादां शेयर करनियां चाहुंना जिहड़ियां कि हरेक दी जिंदगी दे विच हुंदियां आपो अपनियां, ते मैं अपनियां यादां सांझियां करना चाहुंना यूथ फैसटिवल दे दिनां दियां, जिहड़े कि कॉलेज दे विच असीं नाटक प्ले स्किट माइम्स नुक्कड़ नाटक कुछ भी खेडदे आं। मेरे नाल दे जिते भी ने मैनूं इत्थे आ के भाल लै, मैं तेरा हां ते तेरा ही रहूंगा। बाकी यूथ फैसटिवल बारे सारे पता ही होंगे भी कॉलेज के विच की माहौल होंगे, किहो जिहे दिन होंगे ने, बहुत ही सोहने प्यारे दिन होंगे ने। स्टेज के उत्ते भी असीं बहुत कड़मस मचाते थे जो रिहर्सलों तो थोड़ा जहा फ्री हो जाते थे माइंड नूं रिलैक्स करने लई। दूरदर्शन चली जाता, दूरदर्शन टीना घुमा गए जी, तां रेंज बग गई साडी, पहलां रोटी आ चुकी खान लग्या साडा मंदा हाल होया, इहनू अज मिलिया नहीं समान, इहनू ਸਮਾਰ ਕੇ ਲਾਣੀ ਬੁੱਢੜੀਏ ਪੋਚਾ, ਨਹੀਂ ਤਾਂ ਤੇਰੀ ਤਨਖਾਹ ਕੱਟ ਲਾਂਗੇ 50 ਰੁਪਈਆਂ ਚੋਂ। ਤੇਰੀ ਇਹ ਨਸ਼ੀਲੀ ਅੱਖ ਮੈਨੂੰ ਐਂ ਕਹਿੰਦੀ ਹੈ ਕਿ ਪੋਚਾ ਤੂੰ ਲਾਉਣ ਨੂੰ ਫਿਰਦਾ। ਸਾਡੇ ਉਸਤਾਦ ਮਨਮੋਹਨ ਸਿੰਘ ਮੋਹਣੀ ਜੀ ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਥੀਏਟਰ ਪਾਸ ਆਊਟ, ਬਹੁਤ ਹੀ ਉਹਨਾਂ 'ਚ ਕਲਾ ਬਹੁਤ ਹੀ ਹੁਨਰ ਗੁਣਵਾਨ ਸਾਡੇ ਉਸਤਾਦ ਜੀ ਸਿੰਗਾਪੁਰ ਡਰਾਈਵਰ ਸੀਗਾ ਵੈਨ ਦਾ, ਉਹ ਪਾਪਾ ਸੀਗਾ ਅਗਲੇ ਗੁਰਜੀ ਬੈਠੋ ਨਾ ਚੱਲਦੇ ਹਾਂ। ਉਹਦੇ ਜਿਹੜੀ ਪੱਗ ਬੰਨੀ ਹੁੰਦੀ ਸੀ ਅਸੀਂ ਡੱਬ ਜੇ ਸੀ ਉਹਦਾ, ਮੈਨੂੰ ਲੱਗਿਆ ਮੈਂ ਹਾਂ ਬਾਈ ਰੋਜ਼ ਫੇਟ ਪੱਗ ਕਿਉਂ ਬੰਨੀ ਫਿਰੀ ਜਾਂਦਾ ਹੁੰਦਾ। ਆਹ ਵੀਡੀਓਜ਼ ਮੇਰੇ ਪੁਰਾਣੇ ਫੋਨ 'ਚ ਪਈਆਂ ਸੀ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਬਹੁਤ ਹੀ ਹਸੀਨ ਪਲ ਨੇ, ਮੈਂ ਬਹੁਤ ਹੱਸਿਆ ਦੇਖ ਦੇਖ ਕੇ ਅਤੇ ਬਹੁਤ ਯਾਦਾਂ ਯਾਦ ਆਈਆਂ, ਦਿਲ ਨੂੰ ਇੱਕ ਸਕੂਨ ਜਿਹਾ ਮਿਲਿਆ ਵੀਡੀਓਜ਼ ਦੇਖ ਕੇ ਵੀ ਆਹ ਦਿਨ ਵੀ ਕਦੇ ਹੁੰਦੇ ਸੀ। ਮੈਨੂੰ ਗਾਟਾ ਚਾਹੀਦਾ ਨੀ ਪੁੱਟਣੀ ਉਸ ਬੰਦੇ ਦਾ, ਅੱਜ ਤੱਕ ਮੇਰੇ
ਕਿੰਨੇ ਨੰਬਰ ਆ 12 ਨੰਬਰ ਕਮਰਾ 12 ਨੰਬਰ ਕਮਰਾ ਕਹਿੰਦੇ ਪਹੁੰਚੇ ਤੀ ਜਿੰਦਾ ਖੋਲ ਯਾਰ ਕਰੀਏ ਐਂਟਰੀ ਫਿਰ ਬਹੁਤ ਥੱਕ ਗਏ ਤਾਂ ਸਾਨੂੰ ਲੱਗੇ ਨਸ਼ਾ ਹੋਈ ਪਈ ਆ ਰਿਹਾਸਲਾਂ ਕਰ ਕਰਕੇ ਨਾਟਕ ਦੀਆਂ ਜਿਉਂ ਸਵੇਰ ਦੇ ਚੜੇ ਮੈਂ ਸਟੇਜ ਤੇ 9 ਵਜੇ ਦੇ ਰਾਤ ਦੇ 9:30 ਵਜੇ ਉਤਰਿਆ ਬਾਬੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਖੋਲ ਲਾ ਚੱਲ ਪਿਆ ਬੁਰਾ ਹਾਲ ਯਾਰ ਤਾਂ ਸਵੇਰੇ ਅਸੀਂ ਯੂਥ ਫੈਸਟੀਵਲ ਖੇਡਣ ਜਾਣਾ ਸੀ ਤਾਂ ਅਸੀਂ ਰੂਮ ਲਿੱਤਾ ਸਪੈਸ਼ਲ 12 ਨੰਬਰ ਰੂਮ ਸਾਨੂੰ ਮਿਲਿਆ ਤਾਂ ਸਵੇਰੇ ਉੱਠ ਕੇ ਜਦੋਂ ਅਸੀਂ ਤਿਆਰ ਹੋਏ ਤਾਂ ਸਾਨੂੰ ਦਾੜੀ 'ਤੇ ਮਾਰਨ ਵਾਲਾ ਜਿਹੜਾ ਹੁੰਦਾ ਬੀਅਰਡ 'ਤੇ ਮਾਰਨ ਵਾਲਾ ਬੁਰਸ਼ ਹੁੰਦਾ ਉਹ ਮਿਲਿਆ ਨਹੀਂ ਅਸੀਂ ਫਿਰ ਦੰਦਾਂ ਵਾਲਾ ਬੁਰਸ਼ ਹੁੰਦਾ ਜਿਹੜਾ ਉਹਦੇ ਨਾਲ ਹੀ ਆਪਣਾ ਮੇਰਾ ਸੈੱਟ ਕਰੀ ਮੁੱਚਾ ਮੇਰੀ ਕਰੀ ਤੇਲ ਸਾਰਾ ਲਾਤਾ ਜਿੰਨਾ ਵੀ ਲੱਗਿਆ ਪੇਸਟ ਕਰ ਤਿਲ ਕੀ ਜਾਂਦੀ ਹੈ ਮੇਰੇ ਸਾਰੇ ਦੰਦ ਐ ਨੀ ਪਤਾ ਤੇਲ ਲੱਗਿਆ ਮੇਰੀ ਮੁੱਛਾਂ ਨੂੰ ਉਹ ਮੁੱਛਾਂ ਤੇ ਪਹਿਲਾਂ ਬੁਰਸ਼ੀ ਮਾਰ ਲਿਆ ਹੁਣ ਦੰਦ ਭਾਵੇਂ ਤਿਲਕ ਤਿਲਕ ਸਾਨੂੰ ਪਿਆਰ ਬਹੁਤ ਕਰਦੇ ਸੀ ਸਾਡੇ ਉਸਤਾਦ ਜੀ ਤਾਂ ਸਾਨੂੰ ਘਰੋਂ ਆਲੂ ਵਾਲੇ ਪਰੌਂਠੇ ਕਦੇ ਕਿੱਦਾਂ ਦੇ ਪਰੌਂਠੇ ਕਦੇ ਕਿੱਦਾਂ ਦੇ ਪਰੌਂਠੇ ਬਹੁਤ ਹੀ ਪਿਆਰ ਨਾਲ ਘਰੋਂ ਬਣਵਾ ਕੇ ਲਿਆ ਕੇ ਦਿੰਦੇ ਸੀ ਤਾਂ ਬਹੁਤ ਹੀ ਚੰਗਾ ਲੱਗਦਾ ਸੀ ਵੀ ਸਾਡੇ ਲਈ ਸਾਡੇ ਉਸਤਾਦ ਜੀ ਪਰੌਂਠੇ ਬਣਵਾ ਕੇ ਲਿਆ ਕੇ ਦੇ ਰਹੇ ਨੇ ਤਾਂ ਬੜੀ ਮਾਣ ਵਾਲੀ ਗੱਲ ਸੀ ਉਹ ਤਾਂ ਨਹੀਂ ਮਹਿਸੂਸ ਹੁੰਦੀ ਸੀ ਚਲੋ ਥੋੜ੍ਹੀ ਜਿਹੀ ਏਜ਼ ਉੱਦਾਂ ਦੀ ਹੁੰਦੀ ਆ ਤਾਂ ਹੁਣ ਬਹੁਤ ਚੀਜ਼ਾਂ ਉਹ ਫੀਲ ਹੁੰਦੀਆਂ ਬਹੁਤ ਹੀ ਅੱਛਾ ਲੱਗਦਾ ਅੱਜ ਮੈਂ ਤੁਹਾਡੇ ਨਾਲ ਇਹ ਗੱਲਾਂ ਤਾਂ ਸ਼ੇਅਰ ਕਰ ਰਿਹਾ ਕਿਉਂਕਿ ਇਹ ਲਾਈਫ ਦੀ ਇੱਕ ਐਸੀ ਮੈਮਰੀ ਹੈ ਲਾਈਫ ਦੀ ਇੱਕ ਐਸਾ ਮੂਮੈਂਟ ਆ ਜਿਹੜਾ ਇਸ ਵੀਡੀਓ ਦੇ ਵਿੱਚ ਕੈਦ ਹੋ ਚੁੱਕਿਆ ਜੋ ਕਿ ਕਦੇ ਨਹੀਂ ਭੁੱਲਿਆ ਜਾਣਾ ਅਤੇ ਨਾ ਹੀ ਭੁੱਲਿਆ ਜਾ ਸਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਸ ਨੂੰ ਦੇਖ ਕੇ ਅਸੀਂ ਖੁਸ਼ ਹੋਵਾਂਗੇ ਕਦੇ ਦੁਖੀ ਨਹੀਂ ਹੋਵਾਂਗੇ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਸ਼ੁਕਰੀਆ ਜੇ ਕੁਝ ਗਲਤੀ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿਉਂਕਿ ਹਲੇ ਕੁਝ ਨਾ ਕੁਝ ਤਾਂ ਕਮੀਆਂ ਰਹਿ ਜਾਂਦੀਆਂ ਤਾਂ ਕਮੀਆਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੇ ਵੀਡੀਓ ਸੋਹਣੀ ਲੱਗੀ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਦੋਸਤੋ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਵੀਡੀਓ ਕਿਵੇਂ ਲੱਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ
ਤਦ ਤੱਕ ਦੇ ਲਈ ਰੱਬ ਰੱਖਾ।